ਕੈਨੇਡਾ ਵੱਲੋਂ ਟੈਂਪਰਰੀ ਵੀਜ਼ੇ ਲਈ ਵੱਡੇ ਖਾਸ ਐਲਾਨ ਕੀਤੇ ਗਏ ਹੈ ਜੀ ਇਹ ਐਲਾਨ ਬਹੁਤ ਸਾਰੇ ਪੰਜਾਬੀਆਂ ਲਈ ਉਲਟ ਹੋਏ ਹੈ ਮਤਲਬ ਕਿ ਖਾਸ ਕਰਕੇ ਉਹਨਾਂ ਨੇ ਮੈਂਸ਼ਨ ਕੀਤਾ ਹੋਇਆ ਹੈ ਇੰਡੀਆ 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 ਮਤਲਬ ਕਿ ਜਿਹੜੇ ਇੰਡੀਆ ਤੋਂ ਟੈਂਪਰਰੀ ਵੀਜ਼ਾ ਅਪਲਾਈ ਕਰਦੇ ਹੈ ਕੈਨੇਡਾ ਦੇ ਵਿੱਚ ਸਭ ਤੋਂ ਵੱਡਾ ਨੁਕਸਾਨ ਹੋਇਆ ਹੈ ਉਹਨਾਂ ਭੈਣ ਭਰਾਵਾਂ ਦਾ ਜਿਹੜੇ ਆਲਰੇਡੀ ਕੈਨੇਡਾ ਦੇ ਵਿੱਚ ਬੈਠੇ ਹੋਏ ਹੈ ਤੇ ਉਹ ਆਪਣੇ ਪੇਰੈਂਟਸ ਨੂੰ ਜਾਂ ਫਿਰ ਆਪਣੇ ਬ੍ਰਦਰ ਨੂੰ ਜਾਂ ਸਿਸਟਰ ਨੂੰ ਕੈਨੇਡਾ ਦੇ ਵਿੱਚ ਵਿਜ਼ਿਟਰ ਵੀਜ਼ੇ ਤੇ ਟੂਰਿਸਟ ਵੀਜ਼ੇ ਤੇ ਜਾਂ ਫਿਰ ਸੁਪਰ ਵੀਜ਼ੇ ਤੇ ਬੁਲਾਉਣਾ ਚਾਹੁੰਦੇ ਹੈ ਕੈਨੇਡਾ ਦੇ ਵਿੱਚ ਪਰ ਹੁਣ ਨਹੀਂ ਬੁਲਾ ਸਕਣਗੇ ਕਿਉਂ ਕੁਝ ਕਟਿਆ ਲੋਕਾਂ ਦੀ ਵਜ੍ਹਾ ਦੇ ਨਾਲ ਇਹ ਕੁਝ ਹੋ ਰਿਹਾ ਹੈ ਕੈਨੇਡਾ ਦੇ ਵਿੱਚ ਰੀਸੈਂਟਲੀ ਬਹੁਤ ਸਾਰੇ ਫਰਾਡ ਐਪਲੀਕੇਸ਼ਨਾਂ ਦਰਜ ਹੋਈਆਂ ਉਹਨਾਂ ਐਪਲੀਕੇਸ਼ਨਾਂ ਦੇ ਵਿੱਚ ਸਭ ਤੋਂ ਵੱਧ ਫਰਾਡ ਐਪਲੀਕੇਸ਼ਨ ਦਰਜ ਹੋਈ ਹੈ ਇੰਡੀਆ ਤੋਂ ਤੇ ਵਿਜ਼ਟਰ ਵੀਜ਼ੇ ਉੱਤੇ ਦਰਜ ਹੋਈ ਹੈ ਇਸ ਤੋਂ ਬਾਅਦ ਕੈਨੇਡਾ ਸਰਕਾਰ ਨੇ ਇਹ ਫੈਸਲਾ ਲਿਆ ਹੈ ਜੇਕਰ ਤੁਸੀਂ ਟੈਂਪਰੇਰੀ ਵੀਜ਼ਾ ਅਪਲਾਈ ਕਰਦੇ ਹੋ ਕੈਨੇਡਾ ਦੇ ਵਿੱਚ ਇਨ ਦਾ ਫਿਊਚਰ ਤੁਹਾਨੂੰ ਵੀਜ਼ਾ ਨਹੀਂ ਮਿਲੇਗਾ ਤੁਹਾਨੂੰ ਵਿਜ਼ਟਰ ਵੀਜ਼ਾ ਹੋਵੇ ਸੁਪਰ ਵੀਜ਼ਾ ਹੋਵੇ ਉਹ ਨਹੀਂ ਮਿਲੇਗਾ ਸਿਰਫ ਉਹਨਾਂ ਲੋਕਾਂ ਨੂੰ ਮਿਲੂਗਾ ਜਿਨ੍ਹਾਂ ਦੀ ਰਿਕੁਆਇਰਮੈਂਟ ਬਿਲਕੁਲ 100% 100% 1% ਤੋਂ ਲੈ ਕੇ ਕੰਪਲੀਟ ਵਧੀਆ ਤਰੀਕੇ ਨਾਲ ਐਪਲੀਕੇਸ਼ਨ ਲੱਗੀ ਹੋਵੇਗੀ ਪਰ ਇਹ ਸਭ ਕੁਝ ਹੋਇਆ ਹੈ ਉਹਨਾਂ ਲੋਕਾਂ ਦੀ وجہ ਨਾਲ ਜੋ ਜਿਨ੍ਹਾਂ ਨੇ ਫੇਕ ਡਾਕੂਮੈਂਟ ਲਾ ਕੇ ਫਰਾਡ ਕਰਕੇ ਕੈਨੇਡਾ ਦੇ ਵਿੱਚ ਦਾਖਲ ਹੋਏ ਐ ਤੇ ਦਾਖਲ ਹੋਣ ਦੀ ਕੋਸ਼ਿਸ਼ ਅੱਜ ਵੀ ਕਰ ਰਹੇ ਆ ਉਹਨਾਂ 'ਚ ਜਦੋਂ ਦੇਖਦੇ ਹੋਏ ਗਵਰਨਮੈਂਟ ਨੇ ਇਹ ਵੱਡਾ ਫੈਸਲਾ ਲਿਆ ਹੈ ਟੈਂਪਰੇਰੀ ਵੀਜ਼ੇ ਵਾਲਿਆਂ ਵਾਸਤੇ ਇਸ ਦਾ ਵੱਡਾ ਨੁਕਸਾਨ ਮੈਂ ਇਹ ਚੀਜ਼ ਨੂੰ ਮੰਨਦਾ ਕਿ ਜਿਨ੍ਹਾਂ ਦੇ ਬੱਚੇ ਕੈਨੇਡਾ ਦੇ ਵਿੱਚ ਬੈਠੇ ਆ ਜਿਨ੍ਹਾਂ ਦੇ ਮਾਂ ਪਿਓ ਇੰਡੀਆ ਦੇ ਵਿੱਚ ਬੈਠੇ ਆ ਜਮੀਨਾ ਵੇਚ ਕੇ ਉਹਨਾਂ ਨੇ ਕੈਨੇਡਾ ਦੇ ਵਿੱਚ ਭੇਜਿਆ ਇੱਕ ਉਮੀਦ ਨਾਲ ਕਿ ਅਸੀਂ ਵੀ ਕੈਨੇਡਾ ਘੁੰਮ ਫਿਰ ਕੇ ਆਵਾਂਗੇ ਵੇਖ ਕੇ ਆਵਾਂਗੇ ਤੇ ਅਸੀਂ ਆਵਦੇ ਕੰਟਰੀ ਵਾਪਸ ਆ ਜਾਵਾਂਗੇ ਸ਼ਾਇਦ ਹੁਣ ਵੀਜ਼ਾ ਉਹਨਾਂ ਨੂੰ ਵੀ ਨਾ ਮਿਲੇ ਕਿਉਂਕਿ ਉਹਨਾਂ ਲਈ ਵੀ ਵੀਜ਼ਾ ਲੈਣਾ ਹੁਣ ਬਹੁਤ ਜ਼ਿਆਦਾ ਵੱਡਾ ਮੁਸ਼ਕਲ ਦਾ ਕਾਰਨ ਹੈ ਇਹ ਸਭ ਕੁਝ ਹੋ ਰਿਹਾ ਲੈਂਡਲੋਰਡ ਲੁਕਰ ਦੀ ਵਜ੍ਹਾ ਨਾਲ ਜਿਨ੍ਹਾਂ ਕੋਲ 2 ਪੈਸੇ ਆ ਤੇ ਉਹ ਪੈਸੇ ਦਾ ਮਿਸਯੂਜ਼ ਕਰਕੇ ਹੋਰਾਂ ਦੇ ਵੀ ਬੇੜਿਆਂ ਦੇ ਵਿੱਚ ਵਟੇ ਬਣ ਰਹੇ ਆ ਕਹਿੰਦੇ ਨੇ ਕਿ ਹਮ ਤੋਂ ਡੂਬੇਗੇ ਸਨਮ ਤੁਮੇ ਸਾਥ ਲੈ ਕੇ ਡੂਬੇਗੇ ਇਹ ਆਪ ਤਾਂ ਅੱਗੇ ਵਾਦੇ ਨਹੀਂ ਪਰ ਜਿਹੜੇ ਅੱਗੇ ਵੱਧ ਚੁੱਕੇ ਆ ਉਹਨਾਂ ਨੂੰ ਵੀ ਹੁਣ ਪਿੱਛੇ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਆ ਪਰ ਬਾਬਾ ਨਾਨਕ ਇਹ ਗੱਲ ਕਹਿ ਕੇ ਗਿਆ ਹੈ ਕਿ ਜੋ ਜੋ ਜੀਦੀ ਕਿਸਮਤ ਦੇ ਵਿੱਚ ਹੁੰਦਾ ਹੈ ਉਹ ਉਸ ਨੂੰ ਮਿਲ ਕੇ ਰਹਿੰਦਾ ਹੈ ਇਸ ਲਈ ਤੁਸੀਂ ਟੈਨਸ਼ਨ ਨਾ ਲਓ ਤੁਸੀਂ ਆਪਣੀ ਐਪਲੀਕੇਸ਼ਨ ਨੂੰ ਪ੍ਰੋਸੈਸ ਕਰਵਾਓ 100% ਵਧੀਆ ਤਰੀਕੇ ਨਾਲ ਕਰਵਾਓ ਲੀਗਲ ਡਾਕੂਮੈਂਟ ਲਾਓ ਸਾਰਾ ਕੁਝ ਪਰ ਕੋਈ ਵੀ ਫੇਕ ਕੰਮ ਨਾ ਕਰੋ ਧੰਨਵਾਦ